ਅਵਲ ਦੀ ਦਵਾਈਆਂ ਹੋ ਗਈਆਂ ਤਿਆਰ, ਜੇ ਭੱਜੇ ਫਿਰਦੇ ਆ ਪਰ ਬਸ ਸਾਰੀ ਫਰੋਲੀ ਮੈਗੀ। ਮੈਂ ਕਿਹਾ ਨਾ ਮਨਾ ਤੂੰ ਚਾਦਰ ਲਗਾਉਣ ਦਾ ਕੰਮ ਕੀਤਾ ਕੈਮਰਾ, ਇਹ ਮੈਨੂੰ 2 ਮਿੰਟ ਲੜੇ ਫਿਰ ਮੈਂ ਸਟਾਰਟ ਕਰਦਾ। ਦੇਖਦਾ ਉਹ ਸਵੇਰ ਸਵੇਰੇ ਹੋਰ ਹੀ ਤਰੀਕੇ ਨਾਲ ਰੋਣ ਲੱਗ ਗਿਆ, ਜਦੋਂ ਮੈਂ ਚੱਕਿਆ ਉਦੋਂ ਐ ਕਰੀ ਜਾਵੇ, ਸਿਸਕੀਆਂ ਲਈ ਜਾਵੇ ਵੱਖਰੀਆਂ ਹੀ। ਆ ਮੈਂ ਕਰ ਦੂੰਗੀ, ਛੱਡ ਦੋ ਮੈਨੂੰ ਚਾਹ ਪੀ ਲੈਣ ਦੋ। ਹੋਏ ਹੋਏ ਵਿਚਾਰੇ ਵਿਹਲੇ ਹੀ ਆ, ਜੇ ਤਾਂ ਅੱਜ ਤਾਂ ਕਰ ਹੀ ਦੇਣਗੇ ਸਾਰਾ ਕੰਮ। ਕਿੰਨਾ ਸੋਹਣਾ ਕੰਮ ਕਰਦੇ ਆ ਸਵੇਰ ਸਵੇਰੇ। ਚਾਦਰ ਵਾਲੀ ਕੰਮ ਤੇ ਮੈਂ ਬਹੁਤ ਕੰਮ ਕੀਤਾ। ਚਾਦਰ ਵਾਲੀ ਦੁਕਾਨ ਤੇ ਕੰਮ ਕੀਤਾ? ਕਿਵੇਂ ਕੋਈ ਕਰਦਾ ਆ? ਲੈ ਦੇਖੋ ਜੀ ਵੀਡੀਓ, ਕਹਿੰਦੇ ਮੇਰਾ ਚਾਦਰਾਂ ਦਾ ਮਾਰਦਾ, ਕਹਿੰਦੇ ਲੈ ਵੀ ਇੱਕ ਦੂਜੀ ਵੀ ਕਰੋ ਬਾਈ, ਸਾਨੂੰ ਕੋਈ ਹੋਰ ਦਿਖਾਓ ਜੀ ਵਧੀਆ ਜੀ, ਸਾਨੂੰ ਪਸੰਦ ਨਹੀਂ ਆਈਆਂ। ਮੈਂ ਤੇ ਨਿਮਲ ਬੈਠ ਗਏ ਆ ਸਬਜ਼ੀ ਵਾਲੇ ਅੰਕਲ ਦੇ ਅੰਦਰ, ਆ ਪੋਰਸ਼ਨ ਬਣਿਆ ਹੋਇਆ ਛੋਟਾ ਜਿਹਾ, ਠੀਕ ਹੈ, ਤੇ ਅਸੀਂ ਉੱਥੇ ਬੈਠੇ ਆ ਪੀਣਾ, ਪਤਾ ਕੀ ਆ ਅਸੀਂ ਕੀ ਪੀਣਾ ਅੰਦਰ, ਉਹ ਬਹਿੰਦੇ ਹੁੰਦੇ ਜਿਨ੍ਹਾਂ ਨੇ ਮੈਂਗੋ ਸ਼ੇਕ ਪੀ। ਹਾਏ ਹਾਏ ਮੇਰਾ ਪੱਕਾ ਕਾਪੀਰਾਈਟ ਵੱਜੂ। ਨਹੀਂ ਵੱਜਦਾ, 8 ਸਕਿੰਟ ਤੋਂ ਪਹਿਲਾਂ ਨਹੀਂ ਵੱਜਦਾ ਹੁੰਦਾ। ਤਾਂ ਹੀ ਤੁਸੀਂ 2 ਵਾਰੀ 8-8 ਸਕਿੰਟ ਦਾ ਵਜਾਤਾ। ਬਿਹਾਈਂਡ ਦਾ ਕੈਮਰਾ, ਇਹ ਮੈਨੂੰ 2 ਮਿੰਟ ਲੜੇ ਫਿਰ ਮੈਂ ਸਟਾਰਟ ਕਰਦਾ। ਸਮਝ ਸਕਦੇ ਤੁਸੀਂ ਮੇਰੀ ਫੀਲਿੰਗ ਨੂੰ, ਜਿਨ੍ਹਾਂ ਦੇ ਮਾੜੀ ਮਾੜੀ ਨੁੱਕ ਚੁੱਕ ਹੁੰਦੀ ਰਹਿੰਦੀ ਹੈ। ਅਤੇ ਆਪਾਂ ਹੁਣ ਪੀਵਾਂਗੇ, ਪਤਾ ਨਹੀਂ ਕਦੋਂ ਆਉਣਗੇ। ਤੁਸੀਂ ਕਹਿ ਕੇ ਵੀ ਆਏ ਹੋ, ਗੰਨੇ ਦਾ ਜੂਸ ਤਾਂ ਸਾਹਮਣੇ ਆ ਰਿਹਾ, ਕਹਿ ਕੇ ਆਏ ਹੋ। ਦੁਕਾਨ ਕਿਸੇ ਦੀ ਹੈ? ਖਰਬੂਜੇ ਦੀ। ਤੇ ਇਸ ਤੋਂ ਬਾਅਦ ਆਪਾਂ ਨੇ ਘਰੇ ਫਰੂਟ ਟ੍ਰਾਂਸਫਰ ਕਰਕੇ ਫਿਰ ਆਪਾਂ ਨੇ ਕਿਤੇ ਹੋਰ ਜਾਣਾ। ਤੇ ਆਪਾਂ ਨੇ ਜਲੰਧਰ ਕਦੋਂ ਜਾਣਾ? ਕਾਫੀ ਸਾਰੇ ਜਣੇ ਪੁੱਛ ਰਹੇ ਸੀ ਜਲੰਧਰ ਕਦ ਜਾਣਾ। ਹਫ਼ਤੇ ਤੱਕ ਸਾਡਾ ਫਾਈਨਲ ਹੈ ਕਿ ਅਸੀਂ ਹਫ਼ਤੇ ਤੱਕ ਆਵਾਂਗੇ, ਠੀਕ ਹੈ, ਕਿਉਂਕਿ ਅਸੀਂ ਇਸ ਤੋਂ ਜ਼ਿਆਦਾ ਟਾਈਮ ਨਹੀਂ ਪਾਉਣਾ ਚਾਹੁੰਦੇ ਹੋਰ, ਕਿਉਂਕਿ ਮੈਨੂੰ ਪਹਿਲਾਂ ਬਹੁਤ ਡਿਲੇ ਕਰਤਾ ਇਹਨਾਂ ਨੇ, ਪੈਕ ਕਰਕੇ ਨਹੀਂ ਰੱਖਦਾ ਪੈਕ। ਅੱਛਾ ਪੈਕ ਕਰਕੇ ਲਿਫਾਫੇ 'ਚ ਪੈਕ ਰੱਖਦਾ ਸੀਗਾ, ਉਹ ਤੁਹਾਡੀ ਰੋਜ਼ ਦੀ ਆਦਤ ਹੈ ਨਾ, ਹਾਂ ਲੈ ਕੇ ਜਾਣਾ, ਤਾਂ ਕਰਕੇ ਲੈ ਕੇ ਜਾਊਗਾ ਪੈਕ ਕਰਕੇ, ਹਾਂ ਤਾਂ ਹੀ ਕਰਕੇ ਰੱਖਦਾ ਸੀਗਾ। ਚਲੋ ਹੁਣ ਪੀ ਲਈਏ ਜੂਸ। ਤੁਸੀਂ ਪੀਣਾ ਹੈ ਕਿ ਮੂਹਰਤ ਕਢਾਉਣਾ, ਮੈਨੂੰ ਐਂ ਦੱਸ ਦਿਉ। ਅੱਜ ਜਿਹੜੇ ਬੰਦੇ ਫੋਨ 'ਚ ਬੜੇ ਹੁੰਦੇ ਆ ਉਹਨਾਂ ਨੂੰ 1 ਮਿੰਟ ਦਾ ਟਾਈਮ ਨਹੀਂ ਲੱਗਦਾ। ਜੂਸ ਦੇ ਰੰਗ ਦੀ ਤੁਸੀਂ ਟੀ ਸ਼ਰਟ ਪਾਈ ਬੈਠੇ ਹੋ, ਹੋਰ ਹਰੇ ਰੰਗ ਦੀ ਟੀ ਸ਼ਰਟ ਪਾਈ ਹੈ, ਕੀ ਪਾਈ ਹੈ? ਚਲੀਏ ਜਲਦੀ ਖੜੇ ਹੋ ਜਾਓ, ਉਦੋਂ ਤੱਕ ਤਾਂ ਅਵਲ ਉੱਠ ਜੂਗਾ। ਚਲੋ ਪਚਾਲ ਮੇਲ ਨੂੰ ਛੱਡ ਕੇ ਆਏ ਆ ਘਰੇ, ਤੁਹਾਨੂੰ ਪਤਾ ਹੀ ਆ, ਡਾਇਰੈਕਟ ਚੱਲਦੇ ਆ ਆਪਾਂ। ਇਹਨਾਂ ਨੂੰ ਨਮਕ ਹੈ ਤੂੰ ਕਿਵੇਂ ਪੀ ਲੈਣੀ ਹੈ? ਤੁਸੀਂ ਮਿੱਠਾ ਪੀਨੇ, ਤੁਸੀਂ ਬਿਨਾਂ ਨੂਨ ਤੋਂ ਪੀਨੇ ਹੋ, ਮੈਂ ਤਾਂ ਨੂਨ ਵਾਲਾ ਹੀ ਪੀਨੀ ਆ, ਫੇਰ ਹੀ ਆਪਣਾ ਬੀਪੀ ਠੀਕ ਹੁੰਦਾ ਹੈ, ਤੇ ਗਰਮੀ ਦੂਰ ਕਰ ਦਿੰਦਾ ਸਾਰਾ। ਚਲੋ ਚਲੋ ਚੱਲੀਏ, ਬਹੁਤ ਟਾਈਮ ਹੋ ਗਿਆ, ਅਵਲ ਉੱਠਣ ਵਾਲਾ ਹੀ ਆ। ਚਲੋ ਚਲੋ ਫਟਾਫਟ ਚਲੋ, ਸਪੀਡ ਮੰਨੋ।
ਫਿਰ ਆਪਾਂ ਰਸੋਈ ਵਿੱਚ ਆਏ ਤੇ ਆਪਾਂ ਸੋਚਿਆ ਕਿ ਆਪਾਂ ਕਰਦੇ ਨਿਮਲ ਤੇ ਪ੍ਰੈਂਕ, ਕਿਉਂਕਿ ਕਾਫੀ ਸਾਰੇ ਜਣੇ ਮੈਨੂੰ ਕਹਿ ਰਹੇ ਸੀ, ਮੰਮੀ ਨੂੰ ਕਹਿ ਰਹੇ ਸੀ ਕਿ ਫਟਾਫਟ ਬੇਸਨ ਖੋਲ ਦੋ, ਬਟ ਮੰਮੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਹਿ ਰਹੀ ਹਾਂ। ਫਿਰ ਮੰਮੀ ਨੂੰ ਦੋ ਮਿੰਟ ਸਮਝ ਆ ਗਿਆ ਕਿ ਅੱਛਾ ਠੀਕ ਹੈ ਪ੍ਰੈਂਕ ਬਾਰੇ ਕਹਿ ਰਹੀ ਹੈ। ਫਿਰ ਉਸ ਤੋਂ ਬਾਅਦ ਮੈਂ ਮੰਮੀ ਨੂੰ ਕਿਹਾ ਕਿ ਬੇਸਨ ਪਾਓ, ਉਹਦੇ ਵਿੱਚ ਹਲਦੀ ਪਾਓ ਤਾਂ ਕਿ ਬਿਲਕੁਲ ਅਵਰ ਦੀ ਪੋਟੀ ਵਰਗਾ ਕਲਰ ਹੋ ਜਾਵੇ। ਫਿਰ ਮੰਮੀ ਨੇ ਹਲਵਾ ਪਲੇਟ ਲਿੱਤੀ, ਉਹਦੇ ਵਿੱਚ ਤਿਆਰ ਕੀਤਾ ਬੇਸਨ ਦਾ ਲੇਪ, ਜਿਹੜਾ ਕਿ ਦੇਖਣ ਵਿੱਚ ਬਿਲਕੁਲ ਐਂ ਯੈਲੋ ਯੈਲੋ ਲੱਗ ਰਿਹਾ ਸੀਗਾ। ਫਿਰ ਅਸੀਂ 2 ਮਿੰਟ ਇਹਨੂੰ ਲੁਕੋ ਕੇ ਰੱਖ ਦਿੱਤਾ। ਜਦੋਂ ਮੰਮੀ ਹਿਲਾ ਰਹੇ ਸੀ ਤਾਂ ਨਾਲ ਨਾਲ ਹੱਸ ਵੀ ਰਹੇ ਸੀ ਕਿ ਆਪਾਂ ਪਤਾ ਨਹੀਂ ਕੀ ਸਕਸੈਸ ਰਹੂਗਾ ਜਾਂ ਨਹੀਂ। ਫਿਰ ਮੰਮੀ ਮੈਨੂੰ ਦਿਖਾ ਰਹੇ ਸੀ ਕਿ ਸਹੀ ਹੈ ਇਹ ਵਾਲਾ, ਤਾਂ ਫਿਰ ਬਿਲਕੁਲ ਸਹੀ ਸੀਗਾ ਬਣਿਆ ਹੋਇਆ। ਉਸ ਤੋਂ ਬਾਅਦ ਆਪਾਂ ਨੇ ਇਹਨੂੰ ਤਿਆਰ ਕਰਕੇ ਲੁਕੋ ਕੇ ਰੱਖ ਤਾ। ਭੋਲੂ ਜਾ ਅਵਲ ਦੀ ਦਵਾਈਆਂ ਹੋ ਗਈਆਂ ਤਿਆਰ, 4 ਤੋਂ 5 ਦਵਾਈਆਂ। ਆ ਦੇਖ ਲੈ ਤੇਰੀਆਂ ਦਵਾਈਆਂ ਲਈ ਜਾਂਦੇ ਬੋਲਿਆ, ਤੇਰੀਆਂ ਦਵਾਈਆਂ ਲਈ ਜਾਂਦੇ। ਕੁਛ ਨਹੀਂ ਹੋਇਆ ਬੱਚੇ ਨੂੰ, ਜਮਾ ਐਕਟਿਵ ਹੈ, ਬਰੇਵ ਹੈ ਤੁਹਾਡਾ ਬੱਚਾ, ਬਹੁਤ ਜ਼ਿਆਦਾ ਕਹਿੰਦੇ ਬਰੇਵ ਬੱਚਾ ਹੈ, ਇਹ ਬਰੇਵ ਬੱਚਾ ਹੈ। ਰਸਤੇ ਚ ਘੁੱਗੂ ਵਾਂਗੂ ਨਾ ਦੇਖਦਾ ਕਰਦਾ, ਕੋਈ ਨੀ ਲੱਡੂ ਪੱਡੂ ਜਾ ਦੱਸਿਆ ਸੀ ਅਸੀਂ, ਕਹਿੰਦੇ ਢਿੱਡ ਚ ਵੀ ਥੋੜੀ ਜਿਹੀ ਪ੍ਰੋਬਲਮ ਹੋ ਰਹੀ ਹੈ, ਤੇ ਫਿਰ ਉਹਨਾਂ ਨੇ ਦਵਾਈ ਦਿੱਤੀ ਹੈ। ਬਸ ਕਹਿੰਦੇ ਜਦੋਂ ਫੀਵਰ ਚੜਿਆ ਇਹਨੂੰ ਕੱਪੜੇ ਨੀ ਪਾਣੇ ਦੇ ਮੋਟੇ, ਆ ਦਿੱਤੀ ਇਹਦੀ ਦਵਾਈ, ਵੋਟਰ ਜਿਹਾ ਦਿੱਤਾ ਇਹਦਾ, ਲੈ ਦਵਾਈ ਸਮਝਾਈਏ। ਨਹੀਂ ਉਹਦੇ ਤੇ ਲਿਖੀ ਹੋਈ ਆ ਡੱਬੀਆਂ ਤੇ, ਦੱਸਾਂ ਤੁਹਾਨੂੰ ਇਹ ਤਾਂ ਇਹਨੂੰ ਸਵੇਰੇ ਸਵੇਰੇ ਸ਼ਾਮ ਸਵੇਰੇ ਸ਼ਾਮ ਪਾਣੀ ਦੇਣਾ, ਹਲਕਾ ਬਿਲਕੁਲ ਹਲਕਾ ਫੀਵਰ ਹੈ, ਕਹਿੰਦਾ ਚੜ ਸਕਦਾ 2-3 ਦਿਨ ਚੜੂਗਾ ਫਿਰ ਇਕੱਠਾ। ਦੇਖੋ ਆਹ ਇਹਨੂੰ 2-3 ਦਿਨ ਦੁੱਧ ਪਿਆਉਣੀ ਉਹਨੂੰ ਮੈਂ ਨਾਲ, 2-3 ਦਿਨ ਦੇਣਾ ਠੀਕ ਹੈ, ਉਹ ਸੋਰੀ ਸਵੇਰੇ ਸ਼ਾਮ ਹੁਣ ਦੇਣਾ।
ਮੱਚਣ ਲੱਗ ਰਿਹਾ ਲਵੀ ਯਾਰ ਮੇਰੇ ਤਾਂ ਚੰਗੀ ਤਰ੍ਹਾਂ ਮਸਾਜ ਕਰੂੰਗੀ, ਅੱਖਾਂ ਨਾ ਖੁੱਲਿਓ, ਬਸ ਅੱਖਾਂ ਦੀ ਕਾਲਸ ਬਹੁਤ ਜ਼ਿਆਦਾ ਜੰਮੀ ਪਈ ਹੈ ਤੁਹਾਡੇ ਨਾ, ਤੁਹਾਨੂੰ ਚਿੱਟਾ ਚਿੱਟਾ ਸੇਬ ਵਰਗਾ ਕੱਢਤਾ ਨਾ ਮੇਰਾ ਨਾਮ ਲੈ ਮੈਗੀ ਵੀ ਚਲੋ ਅਸੀਂ ਘਰੇ ਮੈਗੀ ਬਣਾ ਕੇ ਖਾ ਲੈਂਦੇ ਹਾਂ, ਤਾਂ ਜਦੋਂ ਮੈਗੀ ਬਣਾਉਣ ਲੱਗਿਆ ਤੇ ਜੀ ਪੈਕਟ ਖੋਲੇ ਤੇ ਉਹਦੇ ਵਿੱਚ ਦੇਖੋ ਜੀ ਨਿੱਕੇ ਨਿੱਕੇ ਜੀ ਨਿਕਲੇ, ਸਿੱਟੇ ਨੀ ਹੈਗੇ, ਮੈਂ ਰੱਖੇ ਲਿਫਾਫੇ ਚ ਪਾ ਕੇ, ਹਾਂ ਜਿਹੜਾ ਪਾਣੀ ਗਰਮ ਕੀਤਾ ਸੀ ਤੇ ਉਹ ਮੈਂ ਡੋਲੇ ਹੀ ਸਾਰਾ, ਤੇ ਬਾਕੀ ਮੈਂ ਉਵੇਂ ਰੱਖੀ, ਕੀ ਦੇਖੋਗੇ ਜਾ ਕੇ ਕੂੜੇ ਚ ਪਾਏ, ਕੀ ਹੱਥ ਮਾਰੋਗੇ ਜਾ ਕੇ ਬੇਟੇ, ਤੇ ਉਹ ਮੈਂ ਕਿਹਾ ਵੀ ਹੁਣ ਮੈਗੀ ਤਾਂ ਚਲੋ ਰਹਿਣ ਦਿੰਦੇ, ਫਿਰ ਮੈਂ ਕਿਹਾ ਚਲੋ ਜੀ ਅਸੀਂ ਖਰਬੂਜੇ ਨਾਲ ਹੀ ਸਾਰ ਲੈਂਦੇ ਹਾਂ, ਤੇ ਅਸੀਂ ਹੁਣ ਖਰਬੂਜਾ ਕੱਟ ਕੇ ਲਿਆਏ ਆ, ਕਿਉਂ ਜੀ ਆਹ ਦੇਖੋ ਜੀ ਚੱਲੀ ਜਾਂਦਾ ਖਰਬੂਜਾ, ਦਾਦੀ ਮੈਂ ਅੱਗੇ ਤੇ ਮੈਗੀ ਨਹੀਂ ਖਾਂਦਾਗਾ, ਨਾ ਨਾਨੀ ਜੀ ਨੇ ਖਾਣੀ, ਨਾ ਮੈਂ ਖਵਾਉਣੀ ਆ, ਨਾ ਮੈਂ ਮੈਗੀ ਖਵਾਉਣੀ ਆ, ਕਿ ਨਾਨੀ ਮਾਂ ਨੂੰ ਮੈਗੀ ਖਵਾ ਦੇਣੀ ਸੀ, ਮਾਂਵਾਂ ਵਾਲੀ ਮੈਗੀ ਖਵਾ ਦਿੰਦੇ, ਮਾਂਵਾਂ ਵਾਲੀ ਨਾ ਜੀ ਨਾ, ਮੈਂ ਤਾਂ ਅਵਲ ਨੂੰ ਕਦੇ ਵੀ ਮੈਗੀ ਦੇ ਨੇੜੇ ਨਹੀਂ ਜਾਣ ਦੇਣਾ, ਪਰ ਬਸ ਸਾਰੀ ਫਰੋਲੀ ਮੈਗੀ, ਮੈਂ ਕਿਹਾ ਨਾ ਮਨਾ ਤੂੰ ਖਾ ਨਾ, ਮੈਂ ਖਾਊਗੀ ਮੇਰੀ ਭੈਣ ਖਾਊਗੀ, ਨਹੀਂ ਜਾਣੀ ਰਾਤ ਨੂੰ ਕੋਈ ਤਬੀਅਤ ਖਰਾਬ ਹੋ ਜੇ ਤਾਂ ਬੱਚੇ ਕਹਿਣਗੇ ਤੁਸੀਂ ਕਿਉਂ ਖਾਧੀ ਬਣਾ ਕੇ, ਇਦੋਂ ਇਹੀ ਬਿਹਤਰ ਵੀ ਨਾ ਖਾਓ। ਠੀਕ ਹੈ ਦੇਖੋ ਅਵਲ ਮੈਂ ਗੱਲ ਕਰ ਰਹੀ ਸੀ, ਅਵਲ ਖੁਸ਼ ਹੁੰਦੇ ਆ ਦੇਖ ਕੇ, ਸਮਾਈਲ ਪਾਸ ਕਰਦਾ ਸੀ, ਹਾਂਜੀ ਪੰਜ ਕਰਦੇ ਸੀ, ਤੁਸੀਂ ਕੀ ਕਹਿਣਾ ਚਾਹੋਗੇ, ਸਮਾਈਲ ਸਮਾਈਲ ਪਾਸ ਕਰਦੇ ਬਈ, ਕੀ ਕਹਿਣਾ ਚਾਹੋਗੇ ਬਈ, ਕਿ ਕੁਝ ਨਹੀਂ ਕਰਨਾ, ਦੋਨੇ ਮਾਪੁੱਤ ਕੁਝ ਵੀ ਨਹੀਂ, ਤੁਸੀਂ ਕੀ ਕਹਿਣਾ ਚਾਹੋਗੇ ਦੀਦੀ, ਅਸੀਂ ਤੇ ਹੀ ਕਵਾਂਗੇ ਕਿ ਨਾ ਖਾਓ, ਅਸੀਂ ਤਾਂ ਇਹਨੂੰ ਖਰਬੂਜਾ ਖਾਂਦੇ ਆ, ਖਾਇਆ ਕਰੋ ਫੂਟ, ਫੂਟ ਬੈਠ ਹੈ, ਫੂਟ ਬੈਠ ਹੈਗਾ, ਕੰਮ ਲੱਗੇ ਹੋਏ ਆ, ਹੋਰ ਕੀ ਬਣਾ ਰਹੇ ਹੋ ਜੀ ਅਵਲ ਦੇ ਮਾਂ, ਕੁਝ ਬ੍ਰੈਡ ਬ੍ਰੈਡ ਬਣਾ ਰਹੇ ਆ, ਲਓ ਜੀ ਖਾਓਗੇ ਤੁਸੀਂ ਬ੍ਰੈਡ ਪੁੱਤ, ਖਾਓਗੇ ਬ੍ਰੈਡ ਖਾਏਗਾ ਅਵਲ, ਹਾਂਜੀ ਕੌਣ ਲਈ ਜਾਂਦਾ ਅੱਗੇ ਪੁੱਤ ਤੂੰ, ਦੱਸ ਦੋ ਕਾਹਤੋਂ ਲਾਉਂਦਾ ਸੀ, ਹਾਂ ਅਵਲ ਨੂੰ ਰੋਂਦਾ ਸੀਗਾ, ਨਾ ਬਈ ਰੋਣਾ ਨੀ, ਨਾ 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 ਕੋਈ ਨਹੀਂ ਆਇਆ, ਕੋਈ ਨਹੀਂ, ਲਓ ਜੀ ਆਹ ਦੇਖੋ ਜੀ, ਨਹੀਂ ਨਹੀਂ ਕੁਛ ਨਹੀਂ ਕਰਦਾ, ਲੈ ਗੇੜਾ ਘੜਾ ਕੇ ਲਿਆਓ ਭਾਈ, ਚਲੋ ਨਾਨੀ ਚੱਲੀ ਫਿਰ ਦਾਦੀ ਦੀ ਵਾਰੀ ਆਊਗੀ, ਹਾਂ ਚਲੋ 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 ਜਾਓ ਜਾਓ।